ਕੀ ਹਾਲ ਹੈ ਦੋਸਤੋ, ਠੀਕ ਠਾਕ ਹੋ? ਹੁਣ ਥੋੜੇ ਦਿਨ ਰਹਿ ਗਏ, ਜਾਣੀ ਕਿ ਅੱਜ 26 ਤਰੀਕ ਹੈ, 27 ਤਰੀਕ ਹੈ, 28, 29, 30, 31, ਜਾਣੀ ਕਿ 4 ਦਿਨ ਰਹਿ ਗਏ ਤੇ 5ਵੇਂ ਦਿਨ ਵੋਟ ਹੈ। ਤਿਆਰ ਹੋ ਜਾਓ ਔਰ ਸਾਰੇ ਆਪਦੇ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਸੁਨੇਹ ਲਾ ਦਿਓ ਕਿ 1 ਤਰੀਕ ਨੂੰ ਵੋਟਾਂ 5 ਵਾਲਾ ਬਟਨ ਦਬਾ ਕੇ ਤੁਹਾਡੇ ਬਾਈ ਨੂੰ ਕਾਮਯਾਬ ਕਰਨਾ। ਅੱਛਾ ਯਾਰ, ਮੈਂ ਗੱਲ ਕਰਨੀ ਚਾਹੁੰਦਾ ਸੀ, ਕੱਲ ਇੱਕ ਨਵੀਂ ਗੱਲ ਸਾਹਮਣੇ ਆਈ ਹੈ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਕੱਲ ਆਏ ਸੀ ਇੱਥੇ ਲੁਧਿਆਣੇ, ਤੇ ਜਦੋਂ ਲੁਧਿਆਣੇ ਆਏ ਤਾਂ ਜਿਵੇਂ ਲੀਡਰ ਕਰਦੇ ਹੁੰਦੇ ਆ ਵੀ ਕਹਿ ਦਿਓ ਮੇਰਾ ਇਹ ਭਰਾ ਹੈ, ਮੇਰਾ ਇਹ ਦੋਸਤ ਹੈ, ਫਿਰ ਸੱਚੀ ਗੱਲ ਅਮਿਤ ਸ਼ਾਹ ਦੇ ਮੂੰਹ ਚੋਂ ਨਿਕਲ ਗਈ। ਅਮਿਤ ਸ਼ਾਹ ਜੀ ਨੇ ਕੀ ਕਿਹਾ? ਉਹਨਾਂ ਨੇ ਕਿਹਾ ਕਿ ਬਿੱਟੂ ਮੇਰਾ 5 ਸਾਲ ਪੁਰਾਣਾ ਦੋਸਤ ਹੈ, ਜਾਣੀ ਕਿ ਇਹਦਾ ਮਤਲਬ 5 ਸਾਲਾਂ ਤੋਂ ਦੋਸਤੀ ਬਿੱਟੂ ਜੀ ਦੀ ਅਮਿਤ ਸ਼ਾਹ ਜੀ ਨਾਲ ਹੈਗੀ ਹੈ। ਨਾਲ ਹੀ ਨਾਲ ਮੈਨੂੰ ਯਾਦ ਹੈ ਭਾਰਤ ਜੋੜੋ ਯਾਤਰਾ ਹੋਈ ਸੀ ਅੱਜ ਤੋਂ 2 ਸਾਲ ਪਹਿਲਾਂ, ਤੇ ਰਾਹੁਲ ਗਾਂਧੀ ਦਾ ਹੱਥ ਫੜ ਕੇ ਬਿੱਟੂ ਜੀ ਕਹਿੰਦੇ ਕਿ ਮੇਰੇ ਖੂਨ ਦਾ ਕਤਰਾ ਕਤਰਾ ਵੀ ਤੁਹਾਡਾ ਦੇਣ ਨਹੀਂ ਦੇ ਸਕਦਾ। ਸੋ ਇਹ ਬਿੱਟੂ ਹੈ, ਬਿੱਟੂ ਦੀ ਅਸਲੀਅਤ। ਥੋੜੇ ਦਿਨ ਪਹਿਲਾਂ ਆਡੀਓ ਵੀ ਜਾਰੀ ਹੋਈ ਸੀ ਬਿੱਟੂ ਜੀ ਦੀ, ਜਿਹਦੇ ਚ ਲੋਕਾਂ ਨੂੰ ਪਤਾ ਲੱਗ ਗਿਆ ਸੀ ਕਿ ਇਸ ਬੰਦੇ ਦੀ ਫਿਦਰਤ ਤੇ ਅਸਲੀਅਤ ਕੀ ਹੈ। ਜਿਹੜਾ ਬੰਦਾ ਕਾਂਗਰਸ ਚ ਰਹਿੰਦੇ ਹੋਏ ਵੀ ਉਧਰੋਂ ਆਦਰਨੀਆ ਅਮਿਤ ਸ਼ਾਹ ਜੀ ਨਾਲ ਵੀ ਦੋਸਤੀ ਹੈ ਉਹਨਾਂ ਦੀ, ਸੋ ਤੁਸੀਂ ਸਮਝ ਸਕਦੇ ਹੋ ਕਿ ਕਿਉਂ ਇਸ ਬੰਦੇ ਨੂੰ ਮੈਂ ਜਿਹੜੇ ਸ਼ਬਦਾਂ ਦਾ ਇਸਤੇਮਾਲ ਕਰਦਾ ਉਹ ਕਿਉਂ ਇਹਦੇ ਵਾਸਤੇ ਕਰਦਾ। ਇਸੇ ਤਰ੍ਹਾਂ ਦੇ ਲੋਕ ਸਨ ਜਦੋਂ ਅੰਗਰੇਜ਼ਾਂ ਦਾ ਰਾਜ ਹੋਇਆ ਕਰਦਾ ਸੀ, ਔਰ ਅੰਗਰੇਜ਼ਾਂ ਨੇ ਰਾਜ ਕਾਫੀ ਵਰੇ ਕੀਤਾ ਔਰ ਆਜ਼ਾਦੀ ਬੜੀਆਂ ਘਾਲਣਾ ਬਾਅਦ ਮਿਲੀ ਸਾਨੂੰ, ਸ਼ਹਾਦਤਾਂ ਦੇਣੀਆਂ ਪਈਆਂ ਭਗਤ ਸਿੰਘ ਵਰਗੇ ਲੋਕਾਂ ਨੂੰ, ਕਰਤਾਰ ਸਿੰਘ ਸਰਾਭੇ ਵਰਗੇ ਲੋਕਾਂ ਨੂੰ, ਕਿਉਂਕਿ ਉਦੋਂ ਵੀ ਲੋਕ ਸਾਡੇ ਜਿਹੜੇ ਸੀ ਕੁਝ ਅੰਗਰੇਜ਼ਾਂ ਨਾਲ ਮਿਲੇ ਵਿੱਚ ਸਨ। ਜਦੋਂ ਕਹਿੰਦੇ ਕਿ ਆਪਣਾ ਘਰ ਦਾ ਪੇਤੀ ਲੰਕਾ ਢਾਏ, ਕਿ ਆਪਣਾ ਹੀ ਬਗਾਨਿਆਂ ਨਾਲ ਮਿਲ ਜੇ ਤਾਂ ਫਿਰ ਕੀ ਬਣੂ ਦੁਨੀਆਂ ਦਾ, ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ। ਸੋ ਇਹਦੇ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਦੂਜੀ ਗੱਲ, ਬਿੱਟੂ ਜੀ, ਜੇ ਤੁਸੀਂ 5 ਸਾਲਾਂ ਦੇ ਦੇਸ਼ ਦੇ ਗ੍ਰਹਿ ਮੰਤਰੀ ਦੇ ਮਿੱਤਰ ਸੋ ਤਾਂ ਲੁਧਿਆਣੇ ਵਾਸਤੇ ਕੁਝ ਲੈ ਕੇ ਆਉਣਾ ਸੀ, ਕੋਈ ਟ੍ਰੇਨ ਚਲਾ ਲੈਂਦੇ, ਕੋਈ PGI ਬਣਾ ਲੈਂਦੇ, ਕੋਈ ਪੋਲਿਊਸ਼ਨ ਦੇ ਲਈ ਕੋਈ ਕੰਮ ਕਰ ਲੈਂਦੇ, ਕੋਈ ਬੁੱਢਾ ਨਾਲਾ ਦਰਿਆ ਲਈ ਪੈਸੇ ਲਿਆਉਂਦੇ। ਸੋ ਦੋਨੇ ਪਾਸੇ ਗੱਲਾਂ ਏ। ਕਹਿਣ ਦਾ ਮਤਲਬ ਉੱਥੇ ਮੋਦੀ ਜੀ ਤੋਂ ਘੁਆਇਆ, ਕਿਉਂਕਿ ਮੋਦੀ ਜੀ ਨੇ ਜਵਾਬ ਦਿੱਤਾ ਕਿ ਮੋਦੀ ਜੀ ਕੇਵਲ ਉਹਨਾਂ ਸੀਟਾਂ ਤੇ ਜਾਣਗੇ ਜਿੱਥੇ ਕੋਈ ਕੰਪੀਟੀਸ਼ਨ BJP ਦਾ ਵਿਅਕਤੀ ਦੇ ਰਿਹਾ। ਜਿੱਥੇ ਕੰਪੀਟੀਸ਼ਨ ਹੀ ਨਹੀਂ ਹੈ ਕੋਈ BJP ਦੇ ਵਿਅਕਤੀ ਦਾ, ਤੇ ਉਹ ਤੀਜੇ ਚੌਥੇ ਨੰਬਰ ਦਾ ਕੈਂਡੀਡੇਟ ਹੈ, ਉੱਥੇ ਮੇਰਾ ਖਿਆਲ ਦੇਸ਼ ਦਾ ਪ੍ਰਧਾਨ ਮੰਤਰੀ ਜਾਂਦੇ ਨਹੀਂ ਹੈ। ਉੱਥੇ ਵੀ ਤੁਸੀਂ ਹੁਣ ਇਹਨਾਂ ਦੇ ਹਾਲਾਤ ਦੇਖ ਲਓ, BJP ਦੇ ਹਾਲਾਤ ਵੀ ਦੇਖ ਲਓ। BJP ਕਾਡਰ ਦੇ ਬਹੁਤ ਨਿਮੋਸ਼ੀ ਅੱਜ BJP ਕਾਡਰ ਦੇ ਵਿੱਚ,
ਉਹਦਾ ਕਾਰਨ ਇਹ ਕਿ ਸਾਰੀ ਕਾਂਗਰਸ ਨੂੰ ਇਹ ਕੈਡਰ ਫੜਾਤਾ, ਕੈਪਟਨ ਅਮਰਿੰਦਰ ਸਿੰਘ ਨੂੰ ਫੜਾਤਾ ਇਹ ਕੈਡਰ, ਸੁਨੀਲ ਜਾਖੜ ਕਾਂਗਰਸ ਚੋਂ ਆਏ। ਹੁਣ ਬਿੱਟੂ ਜੀ ਚੁਣਾਵੀ ਰੈਲੀ ਤੇ ਕਿਸੇ ਤੇ ਆਉਂਦੇ ਹੈ ਤੇ ਕਹਿੰਦੇ ਬਿੱਟੂ ਜੀ ਹਮਾਰੇ ਦੋਸਤ ਹੈ। ਉਹਦਾ ਕਾਰਨ ਇਹ ਹੈ ਕਿ ਬਿੱਟੂ ਜੀ ਨੇ ਬਹੁਤ ਮਿੰਨਤਾਂ ਤਰਲੇ ਕੀਤੇ, ਮੈਨੂੰ ਤਾਂ PMO ਚੋਂ ਪਤਾ ਲੱਗਿਆ, ਕਿਉਂਕਿ ਆਫਿਸਰ ਸਾਹਿਬਾਨ ਹੁੰਦੇ ਆ ਇੱਧਰ ਉੱਧਰ ਔਰ ਕੁਝ ਸਾਥੀ ਹੁੰਦੇ ਹੈ, ਔਰ ਉਹਨਾਂ ਨੂੰ ਪਤਾ ਲੱਗਿਆ ਵੀ ਬਿੱਟੂ ਜੀ ਨੇ ਕਿੱਦਾਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੇ ਲੇਲੜੀਆਂ ਕੱਢੀਆਂ ਕਿ ਕਿਰਪਾ ਕਰਕੇ ਮੇਰਾ ਕੁਝ ਨਹੀਂ ਬਣਨਾ, ਤੁਸੀਂ ਇਹ ਗੱਲ ਕਹਿ ਕੇ ਜਾਣੀ ਹੈ। ਆਲਦੋ ਪ੍ਰਾਈਮ ਮਿਨਿਸਟਰ ਨਹੀਂ ਚਾਹੁੰਦਾ ਸੀ ਇਹ ਗੱਲ ਕਹਿਣੀ, ਔਰ ਫਿਰ ਇਧਰੋਂ ਉਧਰੋਂ ਪ੍ਰੈਸ਼ਰਾਈਜ਼ ਕਰਕੇ ਬਿੱਟੂ ਜੀ ਨੇ ਕਵਾਇਆ। ਸੋ ਮੇਰੇ ਕਹਿਣ ਦਾ ਮਤਲਬ ਕਿ ਅਗਰ ਉੱਥੇ ਸੱਦ ਕੇ ਕਹਿਣ ਨਾਲੋਂ ਤਾਂ ਚੰਗਾ ਹੁੰਦਾ ਜੇ ਪ੍ਰਾਈਮ ਮਿਨਿਸਟਰ ਲੁਧਿਆਣੇ ਆਉਂਦੇ। ਸੋ ਲੇਕਿਨ ਪ੍ਰਾਈਮ ਮਿਨਿਸਟਰ ਨੇ ਜਲੰਧਰ ਜਾ ਰਹੇ ਨੇ, ਪ੍ਰਾਈਮ ਮਿਨਿਸਟਰ ਜਾ ਕੇ ਆਏ ਨੇ, ਪਟਿਆਲਾ ਜਾ ਕੇ ਆਏ ਨੇ, ਆਈ ਥਿੰਕ ਪ੍ਰਾਈਮ ਮਿਨਿਸਟਰ ਲੁਧਿਆਣੇ ਆ ਉੱਥੇ ਜਾ ਰਹੇ ਨੇ ਗੁਰਦਾਸਪੁਰ। ਪਰ ਪ੍ਰਾਈਮ ਮਿਨਿਸਟਰ ਮੇਰਾ ਖਿਆਲ ਲੁਧਿਆਣੇ ਨਹੀਂ ਆਏ, ਨਾ ਹੀ ਆਉਣਗੇ। ਸੋ ਇਹ ਸਾਰੀ ਮੈਂ ਤੁਹਾਨੂੰ ਜਿਹੜੀ ਘਟਨਾਕ੍ਰਮ ਸੀਗਾ ਇਹ ਤੁਹਾਨੂੰ ਦੱਸਣਾ ਚਾਹੁੰਦਾ ਸੀ। ਬਾਕੀ ਮੇਰਾ ਖਿਆਲ ਪੰਜਾਬ ਦੇ ਲੋਕ ਜਿੰਨੇ ਅਮਿਤ ਸ਼ਾਹ ਜੀ ਔਰ ਮੋਦੀ ਜੀ ਜਿੰਨੇ ਗੇੜੇ ਲਾਉਣਗੇ ਓਨੀ ਮਜ਼ਬੂਤੀ ਦੇ ਨਾਲ ਪੰਜਾਬ ਦੇ ਲੋਕ ਵੋਟਾਂ ਕਾਂਗਰਸ ਪਾਰਟੀ ਨੂੰ ਵੱਧ ਪਾਉਣਗੇ, ਕਿਉਂਕਿ ਇਹਨਾਂ ਬੰਦਿਆਂ ਦੇ ਪ੍ਰਤੀ ਪੰਜਾਬ ਦੇ ਲੋਕਾਂ ਨੂੰ ਨਫ਼ਰਤ ਹੈ। ਜਿਸ ਪ੍ਰਕਾਰ ਦਾ ਕੰਮ ਇਹਨਾਂ ਨੇ ਮਗਰਲੇ ਸਾਲਾਂ ਚ ਪੰਜਾਬ ਦੇ ਲਈ ਕੀਤਾ, ਜੋ ਵਿਤਕਰਾ ਤੁਸੀਂ ਦੇਖੋ, ਕਿਸੇ ਪ੍ਰਕਾਰ ਦੀ ਕੋਈ ਰਾਹਤ ਪੰਜਾਬ ਨੂੰ ਨਹੀਂ ਹੈ ਤੇ ਨਾ ਹੀ ਕੋਈ ਸਾਡੇ ਇੱਥੇ ਕੋਈ ਕੰਮ ਕੀਤਾ ਜਿਹਦੇ ਕੰਮ ਕਰਕੇ ਅਸੀਂ ਉਹਨਾਂ ਨੂੰ ਵੋਟਾਂ ਪਾ ਦਈਏ। 10 ਸਾਲ ਦੀ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਤੇ ਕਲੀਆਂ ਗੱਲਾਂ ਬਾਤਾਂ ਸੁਣਾ ਕੇ ਮੁੜ ਜਾਏ। ਸੋ ਮੈਂ ਸਮਝਦਾ ਕਿ ਇਦੋਂ ਮਾੜੀ ਗੱਲ ਕੋਈ ਹੋ ਨਹੀਂ ਸਕਦੀ। ਸੋ ਦੋਸਤੋ ਤਕੜੇ ਰਹੋ, ਹਿੰਮਤ ਹੌਸਲਾ ਜਜ਼ਬਾ ਤੁਹਾਡਾ ਕਾਇਮ ਰਹੇ, ਔਰ ਆਪਾਂ ਇਹ ਜੰਗ ਜਿੱਤਣੀ ਹੈ ਤੁਹਾਡੇ ਆਸ਼ੀਰਵਾਦ ਦੇ ਨਾਲ। ਗਲਾ ਖਰਾਬ ਹੈ ਕਾਫੀ, ਕਾਫੀ ਜ਼ੋਰ ਲੱਗ ਜਾਂਦਾ ਬੋਲਣ ਤੇ। ਸੋ ਪਰ ਅੱਜ ਮਲੱਠੀ ਮਲੂਠੀ ਜੀ ਖਾਧੀ ਹੈ, ਗਰਮੀ ਦਾ ਹੈ, ਗਰਮੀ ਚ ਔਖਾ ਵੀ ਹੁੰਦਾ ਕਰਨਾ ਚੁਣਾਵ ਲੜਨਾ, ਪਰ ਫਿਰ ਵੀ ਚੱਲ ਰਿਹਾ। ਹੁਣ ਮੈਂ ਜਗਰਾਉਂ ਹੈ ਔਰ ਫਿਰ ਜਗਰਾਉਂ ਤੋਂ ਬਾਅਦ 1-2 ਘੰਟੇ ਲਈ ਮੁਕਤਸਰ ਵੀ ਜਾ ਕੇ ਆਊਂਗਾ। ਔਰ ਅੱਜ ਅਸੀਂ ਪਰਮਿਸ਼ਨ ਮੰਗ ਰਹੇ ਸਾਂ ਪ੍ਰਸ਼ਾਸਨ ਤੋਂ। ਕਿੱਡੀ ਮਾੜੀ ਗੱਲ ਹੈ, ਭਗਵੰਤ ਮਾਨ ਦਾ ਰੋਡ ਸ਼ੋਅ ਹੈ ਅਗਰ ਮੁੱਖ ਮੰਤਰੀ ਸਾਹਿਬ ਦਾ ਤੇ ਸਾਨੂੰ ਵੀ ਤਾਂ ਪਰਮਿਸ਼ਨ ਦੇਣੀ ਚਾਹੀਦੀ ਹੈ। ਉੱਥੋਂ ਦੇ SDM ਨੇ ਕੱਲ੍ਹ ਦਾ ਫੋਨ ਕਰ ਰਿਹਾ, ਨਹੀਂ ਚੱਕ ਰਿਹਾ, ਔਰ ਨਾਲ ਹੀ ਨਾਲ DC ਸਾਹਿਬ ਨੇ ਵੀ ਆਪਣਾ ਫੋਨ ਬੰਦ ਕਰ ਰੱਖਿਆ। ਏਦਾਂ ਦਾ ਹਾਲਾਤ ਨਹੀਂ ਮੈਂ ਕਦੇ ਦੇਖੇ ਸੀ, ਇੰਨਾ ਡਰ ਔਰ ਟੈਰਰ ਇਹਨਾਂ ਅਫਸਰਾਂ ਨੂੰ, ਇਹਨਾਂ ਰਾਜਪੂਤਾਂ ਨੂੰ। ਮੈਂ ਸਮਝਦਾ ਕਿ ਬੜੀ ਸ਼ਰਮ ਦੀ ਗੱਲ ਹੈ। ਸਮਾਂ ਤਾਂ ਆਉਂਦਾ ਜਾਂਦਾ ਰਹਿੰਦਾ, ਕੋਈ ਗੱਲ ਨਹੀਂ, ਇੱਥੇ ਸਦਾ ਸਥਿਰ ਸਮਾਂ ਨਹੀਂ ਰਹਿੰਦਾ ਕਿਸੇ ਦਾ। ਪਰ ਇਸ ਤਰ੍ਹਾਂ ਦੂਜੀਆਂ ਪਾਰਟੀਆਂ ਨੂੰ ਲੈਵਲ ਪਲੇਇੰਗ ਫੀਲਡ ਨਾ ਦੇਣਾ ਵੀ ਅੱਜ ਭਗਵੰਤ ਮਾਨ ਜੀ ਆ ਰਹੇ ਆ ਤੇ ਇਹਦੇ ਚ ਇਹਦਾ ਮਤਲਬ ਰਾਜਾ ਵੜਿੰਗ ਗਿੱਦੜ ਵਿਚ ਨਹੀਂ ਵੜ ਸਕਦਾ। ਸੋ ਇਹ 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 ਗਿੱਦੜਬਾਹ ਦੇ ਪ੍ਰਸ਼ਾਸਨ ਨੇ ਔਰ ਜਿਹੜਾ DC ਮੁਕਤਸਰ ਹੈ ਉਹਦੇ ਇਹ ਕੰਮ ਹੈ। ਔਰ ਮੈਨੂੰ ਲੱਗਦਾ ਕਿਤੇ ਵੀ ਇਲੈਕਸ਼ਨ ਕਮਿਸ਼ਨ ਨਾ ਆਉਂਦੀ ਔਰ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਰਹਿ ਗਈ ਹੈ। ਸੋ ਆਹ ਹਾਲਾਤ ਨੇ, ਇਹ ਤੁਹਾਨੂੰ ਦੱਸਣਾ ਚਾਹੁੰਦਾ ਸੀ। ਸੋ ਜਾਣਾ ਤਾਂ ਗਿੱਦੜਬਾਹ ਮੁਕਤਸਰ ਸੀ,
ਪਰ ਹੁਣ ਕੱਲਾ ਮੁਕਤਸਰ ਜਾ ਕੇ ਆਉਂਗਾ ਕਿਉਂਕਿ ਰੋਡ ਸ਼ੋਅ ਕਰਨਾ ਚਾਹੁੰਦੇ ਸਾਂ, ਪਰ ਭਗਵੰਤ ਮਾਨ ਜੀ ਦਾ ਡੰਡਾ ਤਕੜਾ ਚੜਿਆ ਹੋਣਾ, ਇਸ ਕਰਕੇ ਆਪਾਂ ਨੂੰ ਰੋਡ ਸ਼ੋਅ ਕਰਨ ਦੀ ਇਜਾਜ਼ਤ ਨਹੀਂ ਦਿੱਤੀ, ਪਰਮਿਸ਼ਨ ਨਹੀਂ ਦਿੱਤੀ। ਸੋ ਫਿਰ ਮਿਲਾਂਗੇ ਗਿੱਦੜ ਬੇ ਵਾਲਿਓ, ਇੱਕ ਅੱਧੇ ਦਿਨ 'ਚ ਮੈਂ ਬਣਾ ਕੇ ਪ੍ਰੋਗਰਾਮ ਤੁਹਾਨੂੰ ਦੱਸੂਗਾ। ਸੋ ਤੁਹਾਡਾ ਸਾਰਿਆਂ ਦਾ ਧੰਨਵਾਦ, ਕਿਰਪਾ ਕਰਕੇ ਫਿਰ ਕਹਿਣਾ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਆ ਕੇ ਕਹਿ ਜਾਓ ਅਤੇ ਟੈਲੀਫੋਨ ਕਰ ਦਿਓ ਜੇ ਕਿਸੇ ਤੋਂ ਆਇਆ ਨਹੀਂ ਜਾਂਦਾ। ਸਤਿ ਸ਼੍ਰੀ ਅਕਾਲ, ਫਿਰ ਮਿਲਦੇ ਹਾਂ ਸਾਥੀ।